अबे सौ खाओ थोड़े कोले है नहीं गए पैसे। अपने वाल पटने चिंतपुरनी कहना बाली दूर आ मेरा डैडी एक नंबर का चुगल खोरा दसूगा ही दसूगा थोड़े घरे जो मर्जी कर ला। मेरा मुंडा फसिया भी फसल नहीं फसन हूं सब छो हूं करना की सोचो यार बैट पिया हुंदा एक बैट चलो आज तुर के जावांगे हुण आपां ओए भरावा पेट्रोल भी बचा लिए डैडी ने करिया के मीटर चेक कर लेना यार बाबे सौ खाओ थोड़े कोले है नहीं गए पैसे आधार कार्ड थोड़ी मिलता यार राशन कार्ड ते मिलता एक मिनट देखो यार आला है चुप रहो भाई बन के ठीक है निकलन लग गई हो डैडी हां डैडी आने पे आ हाँ डैडी पता की ओला कैब कराई थी कि मैं पेन चाहिए एक हाँ ओ टी पी हाँ ओला कैब तू भरावा रेल गड्डी दी आवाज कड्डी जाना हाँ जी हाँ जी दस्यो माड़ा जा ओ साइड ते जाला साइड ते भरावा केड़ियां आवाजा कड्डी जांदा है नहीं डैडी ओ मैं कह रहा हीगा भी ओ हाँ पेन दस्यो फटाफट अच्छा की कहंदा बापू ਇਹਦਾ ਜਲਦੀ ਘਰੇ ਆਉ ਨਹੀਂ ਤਾਂ ਸਿਰ ਪਾੜ ਦੂੰਗਾ ਫੜਵਾਲਾ ਫਿਰ ਇਦਾਂ ਕਰਦੇ ਆ ਇੱਕ ਵਾਰੀ ਏਟੀਐਮ ਚੱਲਦੀ ਆ ਅੰਦਾਜ਼ਾ ਲਾ ਕੇ ਦੇਖਾਂਗੇ ਉੱਥੇ ਹਾਂ ਅੰਦਾਜ਼ਾ ਤੇ ਡੈਡੀ ਦਾ ਡੇਟ ਆਫ ਬਰਥ ਕੀ ਆ ਬਾ ਉਹੀ ਭਰਾਂਗੇ ਆ ਜਾ ਉਹ ਭਰਾਵੋ ਸੂਟੀ ਦੀ ਆ ਚਲੋ ਭੱਜ ਕੇ ਚਲੋ ਯਾਰ चलो बाबे को पीए हूं जूस पिया दिना होर छो यार को थोड़े बहुत पैसे हो गए ही 40-50 रुपए तो होणगी थोड़े कोले 40-50 रुपए भी है नहीं गए तन्ना कोले मिला के 40-50 नहीं गए सही गल भाई किन्ने रुपए का जूस आ 40 रुपए दा सब तो सस्ता केड़ा भाई सब तो सस्ता भरा है जूस आ मैक्स 40 रुपए दा 160 बन के बब्बे
ਪਰ ਇਹਦੇ ਕੋ ਹੈਗੀ ਆ ਓਏ ਹੈਗੀ ਆ ਦੇਖਾਂ ਤਾਂ ਬਾਈ ਹੈ ਨਹੀਂ ਗਏ ਮੇਰੇ ਕੋਲ ਯਾਰ ਉਹ ਡੈਡੀ ਦੇ ਆ ਜਿਹੜੇ ਕਿਹੜਾ ਆ ਉਹ ਕੋਈ ਨਾ ਯਾਰ ਡੈਡੀ ਵੀ ਤਾਂ ਆਪਣਾ ਹੀ ਆ ਬਹੁਤ ਚੰਗਾ ਇਹ ਪਰ ਇੰਨੀ ਗੱਲ ਨੇ ਪਿਆ ਹੋਵੇ ਨਾ ਬਹੁਤ ਘੈਂਟ ਉਹ ਦਰਦ ਦਾ ਪਾਕ ਦੇਖ ਆਖਰ ਮਾ ਲੜ ਦੇਖ ਪੂਰਾ ਇੰਦਰ ਜੀ ਨਿੱਕੂ ਲਾਦਾ ਨਾ ਪੂਰਾ ਲੱਖਾ ਮੈਂ ਨਹੀਂ ਪਿਆਉਂਦਾ ਇੰਦਰ ਜੀ ਨਿੱਕੂ ਯਾਰ ਹਾਂ ਲਾਦਾ ਦੂਜੀ ਤੂੰ ਹਲੋ ਬਾਈ ਹਲੋ ਬਾਲਾ ਘੈਂਟ ਵਾ ਉਹ ਹੱਸਦਾ ਕਾ ਤੂੰ ਯਾਰ ਮੈਨੂੰ ਵੱਧ ਪਾ ਕੇ ਯਾਰ ਮੈਂ ਪੈਸੇ ਦਿੱਤੇ ਆ ਯਾਰ ਚਲੋ ਉਹ ਖੇਡਦੇ ਆ ਜਾ ਕੇ ਹੁਣ ਨਰਜੀ ਆ ਗਈ ਫੁੱਲ ਆਪਣੇ ਚ ਪੂਰੀ ਕੋਰ ਖਾਣਾ ਪੀਣਾ ਰੈੱਡ ਬੁੱਲ ਪੀਉ ਸਾਲੇ ਪੈਸੇ ਜਿਹੜੇ ਰੈੱਡ ਬੁੱਲਾਂ ਮੰਗਣ ਲੱਗ ਗਏ ਮੇਰੇ ਤੋਂ ਹੈਲ ਪੀਉ ਰੈੱਡ ਬੁੱਲ ਤਾਂ ਸਸਤੀ ਆ ਉਹ ਪੀਉ ਮੈਂ ਚੱਲ ਚਲ ਇਦਾਂ ਕਰਦੇ ਆ ਹਾਂ ਸਟੋਰ ਚੱਲਦੇ ਆ ਹੁਣ ਹਾਂ ਬਾ ਠੀਕ ਆ ਬਾਬੇ ਆ ਜਾ ਸਟੋਰ ਚੱਲੀਏ ਸਟੋਰ ਚੱਲਦੇ ਆ ਚਲੋ ਚਲੋ ਕੀ ਲੈਣਾ ਸੀਗਾ ਤੂੰ ਰੈੱਡ ਬੁੱਲ ਹੈਲ ਵੀ ਪੀਣੀ ਆ ਉਹ ਆ ਵੀ ਲਿਆ ਭਰਾਵਾ ਇੱਕ ਹੈਲ ਹਾਂ ਲੈਣੇ ਆਪਾਂ ਬਾਈ 80 ਰੁਪਈਏ ਹੋ ਗਏ 20 ਰੁਪਏ ਦੀ ਮੈਂ ਚੋਕਲੇਟ ਦਊਂਗਾ ਤੁਹਾਨੂੰ ਨਹੀਂ ਦੇਣੀ ਬਾਈ 100 ਰੁਪਈਆ ਪੂਰਾ ਕਰਕੇ ਜਾਵਾਂਗੇ ਬਾਈ ਸਸਤੀ ਵੀ ਚੱਕ ਲਓ ਯਾਰ ਕਿੱਥੇ ਆ ਸਸਤੀ ਜੀ ਤੇ 4000 ਦੇ ਬੱਚਾ 20 ਰੁਪਏ ਦੀ ਆ ਬਾਈ ਉੱਧਰ ਦੇਖੀ ਹੋਈ ਕਰਵਾ ਦਿਓ ਬਾਬੇ ਪਹਿਲਾਂ ਬਾਬੇ ਬੰਕ ਕਰਕੇ ਚਪੇੜਾਂ ਪਈਆਂ ਸੀ ਹੁਣ ਪੈਸਿਆਂ ਕਰਕੇ ਵੀ ਮੇਰੇ ਚਪੇੜਾਂ ਪੈਣੀਆਂ ਘਰੋਂ ਵਧੀਆ ਗੱਲ ਆ ਫਿਰ ਖਾਲੀ ਕਿੱਡੀ ਗੱਲ ਆ ਬਾਬੇ ਜੀ ਇਹ ਵੰਡ ਕੇ ਛਕਣਾ ਨਾ ਹਾਂ ਤੇ ਫਿਰ ਚਪੇੜਾਂ ਵੀ ਵੰਡ ਕੇ ਛਕਿਓ ਓ ਯਾਰ ਖਾਲੀ ਪੇਟ ਮੇਰੇ ਦਿਮਾਗ ਕੀ ਬੱਤੀ ਨਹੀਂ ਚਲਦੀ ਤੁਝੇ ਪਤਾ ਹੈ ਨਾ ਵੀੜੂ ਮੇਰੇ ਕੋ ਖਵਾ ਦੇਣਾ ਤੈਨੂੰ ਉਹ ਥੋੜਾ ਖਾਦਾ ਪੈਸੇ ਵੀ ਤਾਂ ਮੈਂ ਹੀ ਲਾਏ ਆ ਫੜ ਯਾਰ ਹਲੇ ਰੋਂਦੇ ਰਹਿੰਦੇ ਆ ਭੈਣ ਚੋ ਪੈਸੇ 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 ਵੀ ਹਲੇ ਮੈਂ ਹੀ ਲਾਉਣਾ ਹੁੰਦਾ ਹੁਣ ਓਏ ਵੱਡ ਬੁੱਲਾ ਹੁਣ ਵੰਡ ਕੇ ਛਕਣੀ ਆ ਸਾਰਾ ਪਹਿਲਾਂ ਮੈਂ ਖੜ ਜਾ ਇੱਕ ਮਿੰਟ ਹਿੱਲ ਸੀਗੀ ਇੱਥੇ ਮੈਨੂੰ ਪਹਿਲੇ ਵੀ ਦਿਖਾ ਕਿੱਥੇ ਆ ਉਹਦੇ ਉਹਨੂੰ ਪੈ ਗਈ ਉਹ ਦੇ ਯਾਰ ਕਿੱਥੇ ਆ ਦੰਦ ਕੱਢੀ ਜਾਂਦਾ ਤੁਸੀਂ ਕਿਹੜਾ ਪੀਣੀ ਆ ਕਿਉਂ ਨਹੀਂ ਪੀਣੀ ਬਾਬੇ ਪੈਸੇ ਮੈਂ ਲਾਇਆ ਫੜਾ ਇੱਧਰ ਓਏ ਇਹਦੇ ਤੇ ਨਸ਼ਾ ਹੁੰਦਾ ਤੈਨੂੰ ਨਹੀਂ ਪੀਣ ਦੇਣੀ ਮੈਂ ਬਾਠੀ ਕਾ ਨਸ਼ਾ ਹੁੰਦਾ ਨਾ ਫਿਰ ਹਾਲ ਤੋਂ ਘੱਟ ਤੂੰ ਚੁੱਪ ਕਰਕੇ ਬਹਿ ਜਾ ਹੁਣ ਉਹ ਦੇ ਮੈਨੂੰ ਫੜਾ ਇੱਧਰ ਸਾਹਮਣੇ ਪਹਿਲਾਂ ਸੌਂ ਖਾ ਓਏ ਪਰਮਾਤਮਾ ਦੀ ਕਿ ਭਰਾ ਇੱਕ ਇੱਕ ਘੋਟੀ ਭਰਨਾ ਤੇ ਛੋਟੇ ਘੁੱਟ ਭਰਨਾ ਵਾ ਖਾ ਸੌਂ ਸੌਂ ਲੱਗੇ ਸੰਤ ਬਾਬਾ ਭੜਮੱਕੜ ਦਾ ਦੀ ਤੂੰ ਵੀ ਖਾ ਓਏ ਸੌਂ ਉਹੀ ਬਾਬੇ ਦੀ ਮੈਨੂੰ ਹੈ ਕੀ ਲੱਗੇ ਸੌਂ ਲੱਗੇ ਆ ਪੈ ਇਹ ਹਾਂ ਮੈਂ ਚੌਥੀ 'ਚ ਕਰਦਾ ਸੀਗਾ ਸਿੱਧੇ ਨਾਲ ਖਾ ਸੌਂ ਸੌਂ ਲੱਗੇ ਤੂੰ ਖਾ ਓਏ ਆਹ ਵਾਲੇ ਬਾਬੇ ਦੀ ਮੈਨੂੰ ਸੌਂ ਲੱਗੇ ਜਿਹੜਾ ਇਹਨੇ ਕਿਹਾ ਹੈਗਾ ਬਾਬਾ ਇਹ ਵਾਲਾ ਮੈਨੂੰ ਵੀ ਉਹ ਬਾਬੇ ਦੀ ਸੌਂ ਲੱਗੇ ਬਸ ਹੁਣ ਚੁੱਪ ਚੁੱਪ ਤੇ ਨਾ ਵੰਡ ਕੇ ਛਕਣੀ ਸਾਨੂੰ ਪਹਿਲਾਂ ਆਪਾਂ ਹਿੱਲ ਪੀਂਦੇ ਹਾਂ ਠੀਕ ਆ ਬਈ ਮੈਂ ਪੈਸੇ ਲਾਏ ਮੈਂ ਥੋੜੀ ਵੱਧ ਪੀ ਸਕਦਾ ਵਾਂ ਨਹੀਂ 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 ਸੌਂ ਖਾਧੀ ਆ ਓਏ ਯਾਰੀ ਚ ਕੀ ਪੈਸਾ ਯਾਰ ਇਹ ਘੁੱਟ ਭਰੀਆਂ ਘੁੱਟਾਂ ਭਰੀਆਂ ਬਾਬੇ ਧਿਆਨ ਨਾਲ ਪੀਣੀ ਆਪਣੇ ਕੋਲ ਇਹੀ ਸੋਰਸ ਆ ਇੱਕ ਆਪਣੇ ਕੋਲ ਵਾਟਰ ਦਾ ਠੀਕ ਆ ਉਹਦੇ ਬਾਅਦ ਮੋਟਰ ਵੀ ਨਹੀਂ ਚੱਲਦੀ ਪਈਗੀ ਮੇਰੇ ਲੈ ਲੈ ਸਾਰੀ ਪੀ ਗਿਆ ਯਾਰ
ਤੂੰ ਜਲਦੀ ਪੀ ਹੁਣ ਇੱਕ ਘੁੱਟ ਭਰੀ ਆ ਕਿੱਡੀ ਘੁੱਟ ਭਰੀ ਆ ਕਿੱਡੀ ਘੁੱਟ ਭਰੀ ਆ ਆ ਮਰ ਜਾਏ ਬੁੱਟਰਾ ਤੂੰ ਨਹੀਂ ਪਛਦਾ ਤੇਰੇ ਦੇ ਇੱਕ ਘੁੱਟ ਤਾਂ ਦੇ ਦੇ ਬਸ ਕਰ ਬਸ ਕਰ ਨਿਕਲ ਜਾਣਾ ਮੇਰਾ ਸੌ ਲੱਗੇ ਛੱਡ ਸਭ ਤੋਂ ਵੱਡੀ ਘੁੱਟ ਬਾਬੇ ਹਿੱਲ ਦੀ ਇਹਨੇ ਭਰੀ ਆ ਸੌ ਲੱਗੇ ਖਤਮ ਕਰ ਗਿਆ ਸਾਲਾ ਸਾਰੀ ਖਤਮ ਕਰ ਗਿਆ ਯਾਰ ਬਸ ਕਰ ਸੌ ਲੱਗੇ ਬੱਬੇ ਹਿੱਲ ਦੀ ਇੰਨੀ ਮਰ ਜੇ ਉਹ ਤੂੰ ਇਹ ਮੈਨੂੰ ਤਾਂ ਬਿਲਕੁਲ ਵੀ ਨੀ ਦਿੱਤੀ ਇਹਨਾਂ ਨੇ ਹੁਣ ਪੈਸੇ ਮੈਂ ਲਾਉਂਦਾ ਰਹਿ ਗਿਆ ਹਿੱਲਾਂ ਤੁਸੀਂ ਪੀਣੀਆਂ ਵਾ ਕੱਡਾ ਯਾਰ ਲਾਲਚੀ ਇਹ ਬਈ ਗੱਲ ਸੁਣੋ ਮੇਰੇ ਚ ਬਹੁਤ ਐਨਰਜੀ ਆ ਗਈ ਤੁਹਾਨੂੰ ਕੋਈ ਵੀ ਕਰਦਾ ਕੁੱਟੂਗਾ ਮੈਨੂੰ ਬਾਅਦ ਚ ਪੜਾ ਲਾਊਂਗਾ ਉਹਨਾਂ ਦੀ ਜਾ ਕੇ ਮੈਂ ਦੇਖੀ ਚੱਲ ਤੂੰ ਅੱਧੇ ਘਰਦੇ ਹੁੰਦੇ ਉਹਦੇ ਨੀ ਲਾ ਸਕਦਾ ਉਹ ਬਾਹਲਾ ਕੁੜਦਾ ਪਿਆ ਮੇਰੀ ਗੱਲ ਸੁਣ ਲੈ ਧਿਆਨ ਨਾਲ ਹੁਣ ਆਪਾਂ ਕੋਲ ਖੇਡਦੇ ਹਾਂ ਜਾ ਕੇ ਬਾਬੇ ਐਨਰਜੀ ਬਾਹਲੀ ਆਈ ਹੋਈ ਆ ਕੀ ਖੇਡੀਏ ਬੈਟ ਬਾਲ ਖੇਡਦੇ ਹਾਂ ਬੈਟ ਬਾਲ ਬਾਬੇ ਐਨਰਜੀ ਆਈ ਹੋਈ ਆ ਨਹੀਂ ਨਹੀਂ ਆਲੂ ਪੱਟੀ ਆਉਂਦੇ ਆਲੂ ਪਟਾ ਨਾਲ ਉਹ ਤੂੰ ਕਹਿੰਦਾ ਸੀ ਨਾ ਕੋਠੀ 'ਚ ਬੈਟ ਪਿਆ ਵਾ ਚਲੋ ਆਪਾਂ ਬੈਟ ਲੈਣ ਚੱਲਦੇ ਹਾਂ ਆੜੀ ਦੀ ਕੋਠੀ ਉੱਥੇ ਬੈਟ ਪਿਆ ਬਾਹਲਾ ਤਕੜਾ ਚੁੱਚ ਕੇ ਤੇ ਮੈਂ ਹੋੜੀ ਜਾਊਂਗਾ ਤੁਸੀਂ ਬਾਹਰ ਖੜਦੇ ਹੋ ਮੈਂ ਚੱਕ ਕੇ ਲੈ ਕੇ ਆਉਂਦਾ ਪੱਕਾ ਆੜੀ ਆ ਨਾ ਕੁੱਟਣਾ ਪਵਾ ਦੀ ਇੰਨਾ ਵੀ ਆੜੀ ਉੜੀ ਨਹੀਂ ਹੈਗਾ ਮਤਲਬ ਗਵਾਂਢੀ ਗੁਆਂਢੀ ਗੁਆਂਢੀ ਦੇ ਗੁਆਂਢੀ ਗੁਆਂਢੀ ਏਦਾਂ ਦਾ ਕੁਛ ਜਾਣਦਾ ਨਹੀਂ ਹੈ ਮੈਨੂੰ ਹਾਂ ਚੱਲੀਏ ਫਿਰ ਚੱਲ 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 ਬਾਈ ਲੈ ਕੇ ਆ ਹੁਣ ਕੀ ਲੈ ਕੇ ਆ ਬੈਟ ਲੈ ਕੇ ਆ ਹੋਰ ਕੀ ਮੈਂ ਇਕੱਲਾ ਜਾਵਾਂ ਤੇ ਹੋਰ ਅਸੀਂ ਸਾਰੇ ਜਾਈਏ ਬਰੇ ਖੇਡਣਾ ਤੁਸੀਂ ਸਾਰਿਆਂ ਨੇ ਜਾਵਾਂ ਮੈਂ ਇਕੱਲਾ ਬੈਟ ਲੈਣ ਦੇਖ ਯਾਰ ਸਾਰਿਆਂ ਦੀ ਵੀ ਤਾਂ ਪੈਣੀ ਤੂੰ ਇਕੱਲਾ ਖਾਲੀ ਜੇ ਵੱਟ ਲਿਆ ਉਹ ਪਾਗਲ ਆ ਬਾਈ ਬਾਈ ਜੇ ਚਾਰ ਥੱਪੜ ਪੈਣਗੇ ਨਾ ਚਾਰ ਡਿਵਾਈਡ ਹੋਣਗੇ ਤਾਂ ਮੇਰੇ ਇਕੱਲੇ ਦੇ ਪੈਣਗੇ ਪਾਗਲ ਆ ਮੈਂ ਉਹਨੂੰ ਖਾਣ ਪੀਣ ਨੂੰ ਵੀ ਮੈਂ ਲੈ ਕੇ ਦੇਵਾਂ ਤੁਹਾਨੂੰ ਮੈਂ ਬੈਟ ਵੀ ਮੈਂ ਲੈ ਕੇ ਦੇਵਾਂ ਸਾਰੇ ਕੋਲ ਮੈਂ ਡੈਡੀ ਆ ਤੁਹਾਡਾ ਮੈਂ ਯਾਰੀ ਚੰਨਾ ਵੀ ਨਹੀਂ ਕਰ ਸਕਦਾ ਤੇ ਬੰਕ ਦਾ ਆਈਡੀਆ ਵੀ ਤੇਰਾ ਹੀ ਸੀ ਯਾਰ ਉਹ ਭਰਾਵਾ ਮੈਂ ਤੁਹਾਡਾ ਆੜੀ ਆ ਡੈਡੀ ਨਹੀਂ ਹੈਗਾ ਚੋਰੀ ਕਰ ਲੈਂਦੇ ਬਾਈ ਬਣ ਕੇ ਸ਼ੁਕਰ ਹੈ ਭੋਂਕਦਾ ਨੀ ਹੈਗਾ ਬੈਟਿੰਗ ਬਸ ਚੱਲ ਫਿਰ ਅੰਕਲ ਨੂੰ ਸੱਦ ਕੇ ਲੈ ਜੀ ਦਾ ਬੈਟ ਇਹਦੇ ਘਰੋਂ ਲੈ ਕੇ ਆਇਆ ਚਲੋ ਪਗਾਟਾ ਕਰ ਲੋ ਬਾਈ ਮਣ ਕੇ ਕਰ ਲਓ ਹਰ ਕੰਮ ਮੈਂ ਤੁਹਾਡਾ ਮੰਨੀ ਜਾਵਾਂ ਤੁਸੀਂ ਨਾ ਮੇਰਾ ਕੋ ਮੰਨਿਓ ਪਗਾਟਾ ਮੈਂ ਚੱਲਿਆ ਮੈਨੂੰ ਬੈਟਿੰਗ ਬੋਲ ਕਰਾ ਤੂੰ ਥੱਪੜ ਵੀ ਖਾਏਗਾ ਮੈਂ ਬਗਾਟਾ ਆਊਗਾ ਬੋਲ ਤਾਂ ਮੈਂ ਲੈ ਲਈ ਕਹਿ ਯਾਰ ਇਹਨੂੰ ਕਰਾ ਦਿੰਨੇ ਆ ਯਾਰ ਚਲੋ ਚੱਲ ਯਾਰ ਕਰਾ ਨਾ ਰੋਮ ਤੋਂ ਹੀ ਰਹਿੰਦਾ ਵਾ ਨਹੀਂ ਬਹੁਤ ਵਧੀਆ ਬੰਦਾ ਤੂੰ ਚਲ ਬਈ ਪਾ ਬੋਲ ਉਹ ਬਾਬੇ ਯਾਰ ਇੱਕ ਗੱਲ ਸੋਚਣ ਵਾਲੀ ਆ ਹਜੇ ਤੱਕ ਡੈਡੀ ਦਾ ਫੋਨ ਨਹੀਂ ਆਇਆ ਓਏ ਆ ਸੰਗਤ ਦੇਣ ਦੇ ਬੈਟ ਹਲਾ ਕਾਲੀ ਜਵਾਨ ਆਹੇ ਯਾਰ ਮਾਸਟਰ ਘਰੇ ਬੈਠਾ ਵਾ ਹਾਂ ਉਹਨੇ ਪਾਇਆ ਓਏ ਆ ਜਾਓ ਓਕੇ
ਵਾਰੀ ਤਾਂ ਦੇ ਦੋ ਬੋਲ ਕਰਾਂ ਓਏ ਪਾਗਲ ਆ ਇਹ ਓਏ ਸਹੀ ਗੱਲ ਆ ਕੁੱਟਖਾਂ ਦੀ ਵਾਰੀ ਆਪਣੀ ਓ ਨਹੀਂ ਯਾਰ ਮੇਰਾ ਬੈਟ ਬਾਲ ਖੇਡ ਰਹਾ ਓਏ ਬਹਿ ਜਾ ਭਰਾਵਾ ਓ ਤੂੰ ਮੁੱਕੇ ਨਾ ਖਾਲੀਆਂ ਮੇਥੋਂ ਡੈਡੀ ਦਾ ਫੋਨ ਆ ਗਿਆ ਬਾਣੇ ਭਾਂ ਦੂੰਗਾ ਓਏ ਬਹਿ ਜਾ ਯਾਰ ਜਲਦੀ ਡੈਡੀ ਦਾ ਫੋਨ ਆ ਗਿਆ ਉਧਰ ਕਾਲੀ ਜਵਾਨ ਵਾਲਾ ਓਏ ਮਾਸਟਰ ਵੀ ਬੈਠਾ ਹੋਊਗਾ ਅਜੇ ਤੱਕ ਪੁੱਤਰਾ ਮੈਂ ਸ਼ਾਇਦ ਓਏ ਆਂਦੀ ਸਰ ਕਾਫੀ ਟਾਈਮ ਹੋ ਗਿਆ ਬੈਠਣ ਨੂੰ ਆਪਾਂ ਨੂੰ ਕੀ ਪੀਓਗੇ ਫਿਰ मेहनत सारी मेरी लगी है यार पालन पोषण दे मास्टर जी मैनू माफ कर ਤੈਨੂੰ ਮੈਂ ਕਿਹਾ ਸੀ ਨਾ ਆਪਾਂ ਨੂੰ ਬਹੁਤ ਕੁੱਟਣਗੇ ਬਾਪੂ ਨੇ ਤੈਨੂੰ ਕਿਹਾ ਸੀ ਨਾ ਲੈ ਕੇ ਜਾ ਮੈਨੂੰ ਬੰਕ ਤੇ ਸਾਲੇ ਬੰਕ ਤੋਂ ਆਇਆ ਤੁਸੀਂ ਓਏ ਤੁਹਾਨੂੰ ਪਤਾ ਨਹੀਂ ਲੱਗਿਆ ਨਾ ਫਿਰ ਮਾਸਟਰ ਜੀ ਕਾਹਤੋਂ ਆਏ ਮੈਂ ਤਾਂ ਆਪਣੇ ਵਿਆਹ ਦਾ ਕਾਰਡ ਦੇਣ ਆਇਆ ਮਾਸਟਰ ਜੀ ਤੁਹਾਨੂੰ ਬੁਲਾਈਆਂ ਤੁਹਾਡੇ ਵਿਆਹ लगी जरूर दसो लाइक शेयर सबसक्राइब करके सबसक्राइब करके बैल आइकन दबा लियो इस तरह की वीडियो होर देखने लिए बिकॉज यार रेशो ज्यादा घट आ सबसक्राइब नहीं करते सारे यार मतलब वीडियो देख के चले जाता मेहनत तो बहुत ज्यादा लगती है सबसक्राइब करते करो थैंक यू सो मच फॉर वॉचिंग आवर दिस वीडियो।